ਇੱਕੋ ਸ਼ਖਸੀਅਤ ਆ ਜਿਹਨਾਂ ਦੀ ਇੱਥੇ ਹਾਜ਼ਰੀ ਲਾਉਣ ਦਾ ਦਾਖਲ ਹੁਕਮ ਹੋਇਆ ਪਰਿਵਾਰ ਵੱਲੋਂ, ਵਿਜੇ ਸਾਥੀ ਜੀ ਅਤੇ ਉਹਦਾ ਸਾਰਾ ਪਰਿਵਾਰ, ਉਹਦਾ ਵੀ ਇੱਥੇ ਹਾਜ਼ਰੀ ਪਰਿਵਾਰ ਵੱਲੋਂ ਲਾਉਣ ਦਾ ਦਾਖਲ ਹੁਕਮ ਹੋਇਆ। ਉਹਨਾਂ ਵੱਲੋਂ ਸ਼ਰਧਾ ਅਤੇ ਫੁੱਲ ਮਾਤਾ ਜੀ ਨੂੰ ਭੇਟਾਂ ਕੀਤੀਆਂ ਜਾਂਦੀਆਂ। ਡਾਕਟਰ ਹਰਜੋਤ ਕਮਲ ਜੀ MLA ਮੋਗਾ, ਜਿਹਦਾ ਸਰਦਾਰ ਤੋਤਾ ਸਿੰਘ ਜੀ ਸਾਬਕਾ ਮੰਤਰੀ ਮੋਗਾ ਜੀ ਦਾ ਫਰਮਾਨ ਹੈ, ਜਿਹਾ ਤੇਰੀ ਲਿਖਿਆ ਤੇਹਾ ਹੁਕ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਡ ਜਾਏ, ਤੇ ਮਹਾਂਵਰਤ ਅਨੁਸਾਰ। ਬਹੁਤ ਹੀ ਸਤਿਕਾਰਯੋਗ ਮੇਰੇ ਭੂਆ ਜੀ ਸਰਜੀਤ ਕੌਰ ਜੀ, ਜੋ ਕਿ ਕੁਝ ਦਿਨ ਪਹਿਲਾਂ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਇਸ ਮਾਤਲੋਕ ਤੋਂ ਕਾਰ ਚਲਾਣਾ ਕਰ ਗਏ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਰਾਜਾ ਰੰਗ ਨਾ ਕੋ ਰਹੇ ਰੰਗ ਨਾ ਕੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਗੁਰੂ ਮਹਾਰਾਜ ਜੀ ਦੇ ਵਾਕ ਅਨੁਸਾਰ ਅੱਜ ਆਪਣੇ ਗਿਲ ਪਰਿਵਾਰ ਵਾਸਤੇ ਬਹੁਤ ਔਖੀ ਘੜੀ ਹੈ, ਕਿ ਬਹੁਤ ਹੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਜੋ ਆਪਾਂ ਨੂੰ ਵਿਛੋੜਾ ਦੇ ਗਏ ਹਨ, ਆਪਾਂ ਸਾਰੇ ਹੀ ਉਹਨਾਂ ਨੂੰ ਆਪਣੀ ਸ਼ਰਧਾ ਭੇਟ ਕਰ ਰਹੇ ਹਾਂ। ਮੌਤ ਜੋ ਕਿ ਇੱਕ ਟਾਸ ਚਾਹੀ ਹੈ, ਆਪਾਂ ਨੂੰ ਪਤਾ ਹਰ ਇਨਸਾਨ 'ਤੇ ਆਉਣੀ ਹੈ, ਜੋ ਬਸ ਕੱਲ੍ਹ ਉਸ ਕਾਲ ਪੁਰਖ ਦਾ ਹੁਕਮ ਹੈ ਉਹ ਆਪਾਂ ਨੂੰ ਮੰਨਣਾ ਪੈਂਦਾ ਅਤੇ ਮੰਨਣਾ ਪੈਣਾ। ਇਹੋ ਜਿਹੇ ਇਨਸਾਨ ਦਾ ਜਾਣਾ ਹੈ ਜਿਹੜਾ ਉਸ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਤਾਂ ਬਹੁਤ ਵੱਡਾ ਘਾਟਾ ਹੁੰਦਾ ਹੈ। ਵਧੀਆ ਦਾ ਜਿਹੜਾ ਇਨਸਾਨ ਜਾਣਦਾ ਉਹ ਨਗਰ ਨੂੰ, ਰਿਸ਼ਤੇਦਾਰਾਂ ਨੂੰ, ਇਲਾਕੇ ਨੂੰ ਵੀ ਬਹੁਤ ਵੱਡਾ ਘਾਟਾ ਹੁੰਦਾ ਹੈ, ਕਿਉਂਕਿ ਨਗਰ ਦੇ ਵਿੱਚ ਬੜਾ ਮਾਣ ਅਤੇ ਸਨਮਾਨ ਵਾਲਾ ਪਰਿਵਾਰ ਆ। ਇਹਨਾਂ ਦਾ ਛੋਟਾ ਬੇਟਾ ਸਰਦਾਰ ਸਰਬਜੀਤ ਸਿੰਘ ਸਾਡੇ ਮੌਜੂਦਾ ਮੈਂਬਰ ਪੰਚਾਇਤ ਆ, ਇੱਥੇ ਨਗਰ ਦੀ ਸੇਵਾ ਕਰ ਰਹੇ ਆ। ਸਾਰਾ ਹੀ ਪਰਿਵਾਰ ਹਰ ਕੰਮ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਇੱਥੇ ਹਿੱਸਾ ਲੈਂਦਾ ਹੈ। ਬਹੁਤ ਵਧੀਆ ਪਰਿਵਾਰ ਆ ਇਹ। ਉਹਨਾਂ ਦੇ ਜਾਣ ਦਾ ਦੁੱਖ ਜਿੱਥੇ ਪਰਿਵਾਰ ਨੂੰ ਹੋਇਆ, ਉੱਥੇ ਸਾਡੇ ਨਗਰ ਨੂੰ ਵੀ ਬਹੁਤ ਵੱਡਾ ਦੁੱਖ ਹੋਇਆ। ਅਸੀਂ ਜਿੰਨੀ ਵੀ ਤੁਸੀਂ ਸੰਗਤ ਇੱਥੇ ਪਹੁੰਚੀ ਆ, ਖਾਸ ਕਰਕੇ ਦੇੜ ਕੇ ਦੀ ਜਿੰਨੀ ਨਗਰ ਪੰਚਾਇਤ ਆ, ਜੋ ਵੀ ਆਏ ਆ ਇੱਥੇ, ਅਸੀਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਕਰਤਾ ਆਪੇ ਸ਼ਿਵਾ।
Thank you.
Thank you.
ਰੋਗੀ ਰਹਿਣ ਵਾਲੇ ਬੜੀ ਤਪ ਕਰਨ ਵਾਲੇ
ਦੁਨੀਆਂ ਤੋਂ ਪੀਰ ਫਕੀਰ ਹੋ ਗਏ ਦੀਵੀ ਸਾਬਿਆ ਤੋਂ ਹਿੰਦ ਸਾਰਾ ਕੰਬਦਾ ਸੀ ਜਿਹਨੂੰ ਦੇਖ ਕੇ ਹਿੰਦੁਸਤਾਨ ਡਰ ਜਾਂਦਾ ਸੀ ਵੀ ਫਲਾਨਾ ਰਾਜਾ ਆ ਗਿਆ ਉਹਦੇ ਆਉਣ ਤੇ ਲੋਕੀ ਖੜੇ ਹੋ ਜਾਂਦੇ ਸੀ ਡਰ ਜਾਂਦੇ ਸੀ ਜਿਹਦੀ ਤਾਪਿਆ ਤੋਂ ਹਿੰਦ ਸਾਰਾ ਕੰਬਦਾ ਸੀ ਉਸ ਦੁਨੀਆਂ ਤੋਂ ਔਲੀਏ ਵਜ਼ੀਰ ਤੁਰ ਗਏ ਜਿਨ੍ਹਾਂ ਨਾਲ ਲੜ ਕੇ ਖੇਡਾਂ ਖੇਡੀਆਂ ਸਨ ਉਹ ਛੱਡ ਭੈਣਾਂ ਨੂੰ ਵੀਰ ਤੁਰ ਗਏ ਮਨਾ ਮੇਰਿਆ ਬਿਸਤਰਾ ਗੋਲ ਰੱਖੀ ਤੇਰੇ ਨਾਲ ਦੇ ਗਈ ਸਰੀਰ ਤੁਰ ਗਏ ਉਹ ਵੀ ਆਪਦਾ ਬਿਸਤਰਾ ਗੋਲ ਰੱਖੀ ਅੱਜ ਮਾਤਾ ਸਰਦੀਪ ਕੌਰ ਜੀ ਜਿਹੜੇ ਕਿ 72 ਸਾਲ 70 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆਂ ਤੋਂ ਕਾਲ ਚਲਾਣਾ ਕਰ ਗਏ ਨੇ ਜਿਨ੍ਹਾਂ ਦੇ ਮੁੜ ਕੇ ਮੇਲੇ ਨਹੀਂ ਹੋਣੇ ਕਿਉਂ ਮਾਂ ਇੱਕ ਘਨਸ਼ਾਵਾਂ ਬੂੰਦਾ ਹੈ ਮਾਂ ਸਵਰਗਾਂ ਦੀ ਰਸਤਾ ਹੈ ਇਹਦੇ ਕਦਮਾਂ ਦੇ ਵਿੱਚ ਸੁਰਗ ਨੇ ਜਨਤ ਹੈ ਮਹਾਤਮਾ ਦਾ ਨਾਂ ਲਈਏ ਮਗਰ ਮਾਂ ਆਉਂਦਾ ਹੈ ਪਰਮਾਤਮਾ ਦਾ ਨਾਂ ਲਈਏ ਮਗਰ ਮਾਂ ਆਉਂਦਾ ਹੈ ਆਤਮਾ ਦਾ ਨਾਂ ਲੈ ਕੇ ਦੇਖ ਲਓ ਮਗਰ ਮਾਂ ਦਾ ਸ਼ਬਦ ਆਉਂਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਰ ਬੰਦਗੀ ਛਾਟ ਮੈਂ ਮੇਰਾ ਹਿਰਦੇ ਰਾਮ ਸਾਧ ਸੁਣਿਆ ਗ੍ਰੰਥਾਂ ਨੇ ਵੀ ਮਾਂ ਦੀ ਸਿਫਤ ਕੀਤੀ ਹੈ ਕਿਤਾਬਾਂ ਨੇ ਵੀ ਮਾਂ ਦੀ ਸਿਫਤ ਕੀਤੀ ਹੈ ਵੇਦਾਂ ਨੇ ਵੀ ਕੀਤੀ ਬਾਬੇ ਨਾਨਕ ਨੇ ਮਾਂ ਦੀ ਸਿਫਤ ਧਰਤੀ ਨਾਲ ਕੀਤੀ ਹੈ ਵੀ ਮਾਂ ਦਾ ਜਿਹੜਾ ਹਿਰਦਾ ਹੈ ਉਹ ਧਰਤੀ ਵਰਗਾ ਹੁੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਂ ਧਰਤੀ ਵਰਗਾ ਕਿਉਂ ਹੈ ਧਰਤੀ ਨੂੰ ਮਾਂ ਕਿਉਂ ਕਿਹਾ ਹੈ ਧਰਤੀ ਦੇ ਉੱਤੇ ਕਿੰਨੀਆਂ ਬੁੜੀਆਂ ਲੱਗੀਆਂ ਨੇ ਕਿੰਨੀਆਂ ਕਰੇਤਾਂ ਚੱਲਦੀਆਂ ਨੇ ਕਿੰਨੇ ਸਮੁੰਦਰ ਨੇ ਪਰ ਹਿਰਦਾ ਇਹਦਾ ਬੜਾ ਵਿਸ਼ਾਲ ਹੈ ਕਿਸੇ ਨੂੰ ਬਦਦੁਆ ਨਹੀਂ ਦਿੰਦੀ ਇਹਦਾ ਹਿਰਦਾ ਬਹੁਤ ਵੱਡਾ ਔਰ ਜਿਹੜਾ ਮਾਂ ਦਾ ਹਿਰਦਾ ਹੈ ਧਰਤੀ ਵਰਗਾ ਹੀ ਹੈ ਪੁੱਤਰ ਜੇ ਉਹਦੀ ਸੇਵਾ ਕਰੂਗੀ ਤਾਂ ਇੰਨੀਆਂ ਸੀਸਾਂ ਦਿੰਦੀ ਹੈ ਰੱਬ ਵੀ ਉਹਦੀ ਅਰਦਾਸ ਨੂੰ ਟਾਲਦਾ ਨਹੀਂ ਤੇ ਜੇ ਪੁੱਤਰ ਉਹਦੇ ਨਾਲ ਮਾੜਾ ਸਲੂਕ ਕਰਦਾ ਹੈ ਧੀ ਮਾੜਾ ਸਲੂਕ ਕਰਦੀ ਹੈ ਮਾਂ ਕਦੇ ਬਦਦੁਆ ਨਹੀਂ ਦਿੰਦੀ ਉਹਦਾ ਹਿਰਦਾ ਹੀ ਐਡਾ ਹੈ ਅੱਖ ਉਸ ਉਹਨੂੰ ਬਦਦੁਆ ਨਹੀਂ ਦਿੰਦੀ ਜਿਸ ਬੱਚੇ ਨੂੰ ਮਾਂ ਨਜ਼ਰ ਨਾ ਆਵੇ ਜਦ ਇਸ ਦਾ ਸੁਧ ਸਰਾਮ ਦਰਜਾ ਤੀਸਰਾ ਹੋਰ ਨਾ ਦਿਸੇ ਕੋਈ ਇੱਕ ਮਾਂ ਦੇ ਰੱਬ ਦੇ ਨਾ ਫਿਰ ਸ਼ਬੂਤੇ ਨੇ ਬੜੇ ਜਹਾਨ ਉੱਤੇ ਸੁਖ ਕਦੇ ਨਹੀਂ ਮਿਲੇ ਨਾ ਮਾਂ ਮਰਦਾ ਅੰਗ ਸਾਥ ਨੇ ਪਿਆਰੀ ਸਿੱਖ ਸੰਗਤੇ ਪਿਆਰ ਕਿਤੋਂ ਨਹੀਂ ਮਿਲੇ ਨਾ ਮਾਂ ਉਹ ਮਾਂ ਵਰਗਾ ਪਿਆਰ ਕਿਤੋਂ ਵੀ ਨਹੀਂ ਮਿਲਦਾ ਇਸ ਤੇ ਨਾਤੇ ਆਪਦੀ ਜਗ੍ਹਾ ਤੇ ਸਾਰੀ I
ਤੂੰ ਆਥਣੇ ਆਉਣਾ
ਕਬੀਰ ਸਾਹਿਬ ਕਹਿੰਦੇ ਮਾਂ ਮੈਂ ਸਿਹਰਿਆਂ ਦੇ ਵਿੱਚੋਂ ਹੀਰੇ ਮੋਤੀ ਇਕੱਠੀ ਕਰਨ ਜਾਂਦਾ ਹੁੰਦਾ। ਮਾਂ ਕਹਿੰਦੀ ਹੀਰੇ ਮੋਤੀ ਸ਼ਮਸ਼ਾਨ ਭੂਮੀ ਦੇ ਵਿੱਚ? ਹਾਂ ਮਾਂ। ਇੱਕ ਦਿਨ ਕੋਈ ਪੁੱਛ ਚੜਾਈ ਕਰ ਗਿਆ, ਕਬੀਰ ਸਾਹਿਬ ਜੀ ਵੀ ਗਏ ਤੇ ਨਾਲ ਮਾਂ ਵੀ ਗਈ ਕਿ ਦੇਖਦਾ ਮੇਰਾ ਬੇਟਾ ਕਿਹੜੇ ਹੀਰੇ ਮੋਤੀ ਇਕੱਠੇ ਕਰ। ਅੱਧ ਰਾਤੀ ਚਿਖਾ ਦੇ ਕੋਲੇ ਸਾਰੇ ਤੁਰ ਕੇ ਖੜਾ ਰੋਈ ਜਾਵੇ ਤੇ ਮੂੰਹ ਦੇ ਵਿੱਚੋਂ ਸ਼ਬਦ ਬੋਲੀ ਜਾਵੇ, ਤੂੰ ਸੱਚ ਰਾਮ, ਤੂੰ ਹੀ ਸੱਚ ਹੈ, ਤੂੰ ਹੀ ਸੱਚ ਹੈ। ਮਾਂ ਕਹਿੰਦੀ ਕਬੀਰਾ ਝੂਠ ਬੋਲਦਾ, ਕਿਹੜੇ ਹੀਰੇ ਮੋਤੀ ਇਕੱਠੇ ਕਰਨਾ, ਤੂੰ ਤਾਂ ਖੜਾ ਰੋਈ ਜਾਂਦਾ। ਕਹਿੰਦਾ ਮਾਂ ਆ ਜਿਹੜੇ ਮੇਰੇ ਹੰਝੂ ਨੇ ਇਹ ਹੀਰੇ ਨੇ, ਜਿਹੜੀ ਮੇਰੀ ਜਵਾਨ ਦੇ ਵਿੱਚੋਂ ਉਹਦੇ ਲਫ਼ਜ਼ ਨਿਕਲਦੇ ਨੇ, ਵਡਿਆਈ ਦੇ ਮੋਤੀ ਨੇ। ਇੱਥੇ ਆ ਕੇ ਮੈਂ ਨਾਮ ਸਿਮਰਦਾ, ਇਹ ਹੀਰੇ ਮੋਤੀ ਹੈ। ਕਹਿੰਦੀ ਬੇਟਾ ਤਾਂ ਘਰੇ ਬੈਠ ਕੇ ਵੀ ਸਿਮਰ ਲਿਆ ਕਰ। ਕਹਿੰਦਾ ਨਹੀਂ, ਜਦੋਂ ਕੋਈ ਮੁਰਦਾ ਮੱਚਦਾ ਰਹਿੰਦਾ ਤਾਂ ਮੈਨੂੰ ਰੱਬ ਚੇਤੇ ਆਉਂਦਾ, ਕਬੀਰਾ ਹਾਲ ਤੇਰਾ ਵੀ ਹੋਣ ਵਾਲਾ ਹੈ। ਆਖੋ ਸਾਰਾ ਕਬੀਰਾ ਹਾਲ ਤੇਰਾ ਵੀ ਇਹੀ ਹੋਣ ਵਾਲਾ ਹੈ। ਉਹਨੂੰ ਸਿਮਰਦਾ ਉੱਥੇ ਫਿਰ ਕਰਕੇ ਮਾਂ ਨੂੰ ਰੱਬ ਚੇਤੇ ਆਉਂਦਾ, ਘਰੇ ਉਹਨਾਂ ਨਹੀਂ ਆਉਂਦਾ ਜਿੰਨਾ ਮੈਨੂੰ ਸਿਰਾਂ ਦੇ ਵਿੱਚ ਆਉਂਦਾ। ਆਪਾਂ ਸੰਗਤ ਬੈਠੀ ਹਾਂ, ਹੀਰੇ ਮੋਤੀ ਇਕੱਠੇ ਕਰੀਏ, ਉਹ ਕੀ ਕਰਦਾ ਹੈ, ਉਹ ਕੀ ਕਰਦਾ ਹੈ, ਇਹ ਨਹੀਂ। ਜਿੱਦਣ ਅਸੀਂ ਰਸ ਚ ਭਿੱਜ ਗਏ ਦੂਜੇ ਦੀ ਚੱਕਣਾ ਹੀ ਬੰਦ ਕਰ ਦੇਣਗੇ। ਫਿਰ ਤੇ ਇਹੀ ਕਹਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਫਿਰ ਤਾਂ ਹਿਰਦੇ ਚੋਂ ਇਹੀ ਕਰਾਂਗੇ ਸਾਰਿਆਂ ਦਾ ਭਲਾ, ਰੱਬਾ ਦੁਸ਼ਮਣ ਦਾ ਵੀ ਭਲਾ ਹੋਵੇ। ਇਹ ਬਾਣੀ ਕਹਿੰਦੀ ਹੈ ਸਤਿਗੁਰੂ ਜੀ ਆਓ ਭਾਈ, ਗੁਰੂ ਮਹਾਰਾਜ ਦੀ ਕਿਰਪਾ ਕਰ, ਸੰਗਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸਰੀਆਂ ਜੋ ਹੋਵੇ ਸਹਿਬ ਸਿਉਂ, ਸਹਿਬ ਦੇ ਨਾਲ ਮੇਲ ਹੋਵੇ ਸਭ ਇਹ ਵਿਛੜੀ ਹੋਈ ਰੂਹ ਦਾ ਹੈ ਸਾਡੇ ਭੂਆ ਜੀ ਨੇ। ਪਰ ਕੀਰਤਨ ਦੇ ਵਿੱਚ ਇੱਥੇ ਸਟੇਜ ਤੇ ਬੈਠਾ ਕਰਕੇ ਮਾਤਾ ਜੀ ਦਾ ਸ਼ਬਦ ਵਰਤਿਆ ਹੈ, ਇਸ ਕਰਕੇ ਆਓ ਸਾਰੇ ਜਣੇ ਅਸੀਸਾਂ ਬਖਸ਼ੀਏ। ਆਨੰਦ ਪਿਆ ਮੇਰੀ ਮਾਏ ਸੱਚ ਤੂੰ ਮੈਂ
सब किछ है जिस दे सोबावर सदा जिद्द सलाह तेरी नाम मन बसावे नाम जिनके मन वसावे शब्द कनेरे कह नानक सच्चे साहिब कर तेरा साचा नाम मेरा यादार साचा नाम यादार मेरा जिन उपा साहिब कर शांत सुख मनाए वसया जिन इच्छा साहिब सदा कुर्बान कीता गुरु विटों इस दियाए ਮਾਣ ਦਾਣਾ ਤਾਂ ਸਤਿਗੁਰ ਸਾਹਿਬ
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਸ ਵੇਲੇ ਆਪ ਜੀ ਕਹੀ ਗੁਰੂ ਅਰਦਾਸ ਬੇਨਤੀ ਆ ਦੇ ਪਵਿੱਤਰ ਪਾਵਨ ਮੁੱਖ ਵਾਕ ਜੇ ਆ ਜੀ ਵੀ ਲਿਖਿਆ ਪਿਆ ਹੁਕਮ ਕਵਾਹੇ ਕੱਲੇ ਹੋਵੇ ਨਾਨਕਾ ਸੱਚੇ ਉੱਚੀ ਜਾਹਿਦ ਸਾਹਿਬ। ਆਪਦੇ ਦਰ ਘਰ ਦੇ ਸਿਆਦਰ ਮਾਤਾ ਜੀ ਮਾਤਾ ਸੁਰਜੀਤ ਕੌਰ, ਕਿਉਂਕਿ ਕਈ ਦਿਨ ਪਹਿਲਾਂ ਪੰਜ ਪੁੱਤਰ ਸਰੀਰ ਤਿਆਗੇ ਸਨ, ਮਾਤਾ ਸੁਰਜੀਤ ਕੌਰ ਦੀ ਰੂਹ ਆਤਮਾ ਦੀ ਸ਼ਾਂਤੀ ਨਾਲ ਸਰਦਾਰ ਸਾਧੂ ਸਿੰਘ ਸਮੇਤ ਪਰਿਵਾਰ ਨੇ ਰਲ ਕੇ ਆਪਣੇ ਗ੍ਰਹਿ ਕੇ ਆਦਿ ਦਰਗਾਹੀ ਪਾਣੀ ਭੱਕੀ ਬਾਣੀ ਆ ਇੱਧਰ ਸਤੀ ਜਨ ਪਟਾਈ ਦਾ ਸਹਿਜ ਪਾਠ ਪ੍ਰਾਰੰਭ ਕਰਵਾਏ ਹੋਏ ਸੀ। ਗੁਰੂ ਜੀ ਦੇ ਕਿਰਪਾ ਦੇ ਸਦਕਾ ਇਸ ਵੇਲੇ ਸਹਿਜ ਪਾਠ ਦਾ ਭੋਗ ਪੈ ਗਿਆ ਹੈ। ਉਸ ਤੋਂ ਉਪਰੰਤ ਸ਼ਬਦ ਕੀਰਤਨ ਹੋਇਆ, ਕਥਾ ਵਿਚਾਰਾਂ ਹੋਈਆਂ, ਪਾਠੀ ਸੰਗਤ ਪਾਠ ਪੜ੍ਹਦੇ ਹੋਏ ਗੁਰੂ ਘਰ ਦੇ ਕੀਰਤਨਾਂ ਤੋਂ ਕੀਰਤਨ ਕਰਦੇ ਹੋਏ ਅੱਖਰ ਕਰਨ ਲੱਗ ਪਏ। ਵਾਅਦੇ ਘਾਟੇ ਪੜ੍ਹਿਆ ਗਿਆ ਉਹਦਾ ਭੁਰਸ਼ ਮਾਫ ਕਰ ਬੜੀ ਸੁਣੀ ਬਾਣੀ ਦਾ ਮਹਾਤਮ ਮਾਤਾ ਸੁਰਜੀਤ ਕੌਰ ਦੀ ਰੂਹ ਆਤਮਾ ਨੂੰ ਬਖਸ਼ੇ ਕਰਨਾ ਜੀ, ਇਹਦੇ ਰੂਹ ਆਤਮਾ ਨੂੰ ਸ਼ਾਂਤੀ ਬਖਸ਼ਣੀ, ਤਿਆਗਾਂ ਵਿੱਚ ਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮਨ ਦੀ ਤਾਕਤ ਬਖਸ਼ ਕਰਨੀ, ਅੱਗੋਂ ਤੋਂ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਦੀ ਬਖਸ਼ਣੀ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਚੜ੍ਹਦੀ ਕਲਾ ਕਰਨੀ। ਸੇਵਕ ਪਰਿਵਾਰ ਵੱਲੋਂ ਆਪ ਦੇ ਸੁੰਦਰ ਵਸਤਰ ਭੇਟ ਕੀਤੇ ਗਏ, ਅਗਿਆਨ ਤੋਂ ਮਾਇਆ ਭੇਟ ਕੀਤੀ ਗਈ ਹੈ। ਸੇਵਕ ਪਰਿਵਾਰ ਦੀ ਸੇਵਾ ਲੈ ਕੇ ਚਲਾਉਣੀ, ਮੇਹਰ ਤਰਪਾ ਦਇਆ ਕਰਨੀ ਸੇਵਕ ਪਰਿਵਾਰ ਵੱਲੋਂ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਹਾਇਆ ਕਈ ਪਾਤ ਸਾਸੋ ਵਿੱਚ ਕੋਈ ਤਰ੍ਹਾਂ ਲਾਓ ਭੋਗਾ ਹੈ ਲੱਗਿਆ ਭੋਗ ਸੀ ਪ੍ਰਸ਼ਾਦ ਤਿਆਗੀ ਸਾਹ ਸੰਤ ਨੂੰ ਬਖਸ਼ ਕਰਨਾ ਜੀ, ਸਵਾਦ ਭੁੱਲਾ ਦੀ ਕਿਰਵਾ ਕਰਨੀ, ਸਵਾਦ ਸਾਹ ਸੰਤ ਵਾਲੀ ਭਾਈ ਦੇ ਹਾਲੀ ਦਾ ਪਰਿਵਾਰ ਕਰਨੀ ਜੀ, ਪਵਿੱਤਰ ਪਾਪ ਰੱਖਣਾ ਦੇ ਬਖਸ਼ ਕਰਕੇ ਆਏ ਸਾਹ ਸੰਤ ਨੂੰ ਨਿਹਾਲ ਕਰੋ, ਨਾਮ ਚੇਤਾ ਹੋਏ ਸਭ ਸੁੱਖ ਹੋਏ, ਜੋ ਜੀ ਆਪ ਦੇ ਦਰ ਤੇ ਪਹੁੰਚਿਆ ਹੈ ਆਪ ਦੀਆਂ ਮੇਰਾ ਸਰਕਾ ਸਭ ਤੋਂ ਰਾਜ ਖੁਸ਼ੀ ਜਾਵੇ, ਨਾਲ ਗੁਣਾਂ ਚੜ੍ਹਦੀ ਕਲਾ ਤੇਰੇ ਭਾਣੇ ਸਮਝ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹਲਾ ਪੰਜਵਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ। ਜਾ ਕਾ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਕਹੀਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ। ਜਨ ਕੇ ਚਰਨ ਵਸੈ ਮੇਰੇ ਹੀਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਇਹੀ। ਜਨ ਕੇ ਚਰਨ ਵਸੈ ਮੇਰੇ ਹੀਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮਾਤਾ ਜੀ ਮਾਤਾ ਸੁਰਜੀਤ ਕੌਰ, ਕਿਉਂਕਿ ਕੋਈ ਦਿਨ ਪਹਿਲਾਂ ਸਰੀਰ ਤਿਆਗੇ ਸਨ, ਮਾਤਾ ਜੀ ਰੂਹ ਆਤਮਾ ਦੀ ਸ਼ਾਂਤੀ ਮਿਲ ਹੋਈ ਅਰਦਾਸ ਦੇ ਵਿੱਚ ਆਪ ਦੂਰੋਂ ਨੇੜੇ ਚੱਲ ਕੇ ਗੁਰਦੁਆਰਾ ਸੰਤ ਬਾਬਾ ਜੰਦਾ ਸਿੰਘ ਜੀ ਵਿਖੇ ਹਾਜ਼ਰ ਹੋਏ, ਸਾਰੀਆਂ ਸੰਗਤਾਂ ਨੂੰ ਜੀਵ ਆਇਆ। ਸੋ ਪਰਿਵਾਰ ਵੱਲੋਂ ਬੇਨਤੀ ਹੈ ਜੋ ਕਿ ਕੁਛ ਰਿਸ਼ੀਆ ਤਾਂ ਜਿਨ੍ਹਾਂ ਦੀ ਇੱਥੇ ਹਾਜ਼ਰੀ ਲੋੜ ਦਾ ਦਸ ਨੂੰ ਹੁਕਮ ਹੋਇਆ ਪਰਿਵਾਰ ਵੱਲੋਂ, ਵਿਜੇ ਸਾਥੀ ਜੀ ਅਤੇ ਉਹਦਾ ਸਾਰਾ ਪਰਿਵਾਰ, ਉਹਨਾਂ ਦੀ ਇੱਥੇ ਹਾਜ਼ਰੀ ਪਰਿਵਾਰ ਵੱਲੋਂ ਲੋੜ ਦਾ ਦਸ ਨੂੰ ਹੁਕਮ ਹੋਇਆ, ਉਹਨਾਂ ਵੱਲੋਂ
ਸਾਧਾਂ ਦੇ ਫੁੱਲ ਮਾਤਾ ਜੀ ਨੂੰ ਭੇਟਾ ਕੀਤੇ ਜਾਂਦੇ ਆ। ਡਾਕਟਰ ਹਰਜੋਤ ਕਮਲ ਜੀ MLA ਮੋਗਾ, ਜੈਮਾ ਸਰਦਾਰ ਤੋਤਾ ਸਿੰਘ ਜੀ ਸਾਬਕਾ ਮੰਤਰੀ ਮੋਗਾ, ਸਰਦਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ MLA ਸਾਹਿਬ ਧਰਮਕੋਟ, ਐਡਵੋਕੇਟ ਸਰਦਾਰ ਬਜਿੰਦਰ ਸਿੰਘ ਮੱਖਣ ਬਰਾੜ ਮੋਗਾ, ਸਰਦਾਰ ਜਗਤਾਰ ਸਿੰਘ ਰਾਜੇਵਾਲ ਟਰੱਕ ਜੂਨੀਅਰ ਪ੍ਰਧਾਨ, ਸਰਪੰਚ ਸਰਦਾਰ ਹਰਭਜਨ ਸਿੰਘ ਭੋਲਾ, ਸਰਦਾਰ ਤੀਰ ਸਿੰਘ ਮਾਲਾ ਸਾਬਕਾ ਪ੍ਰਧਾਨ, ਸਰਦਾਰ ਰਵਿੰਦਰ ਸਿੰਘ ਲਾਡੀ ਚੇਅਰਮੈਨ, ਸਰਦਾਰ ਦਰਸ਼ਨ ਸਿੰਘ ਸਰਪੰਚ ਬੁੱਟਕਲਾ, ਸਰਦਾਰ ਦਰਸ਼ਨ ਸਿੰਘ ਬਰਾੜ MLA। ਇਹਨਾਂ ਸਾਰੀਆਂ ਸ਼ਖਸੀਆਂ ਦਾ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਔਰ ਇਹਨਾਂ ਦੀ ਹਾਜ਼ਰੀ ਤੇ ਲਵਾਈ ਜਾਂਦੀ ਹੈ। ਔਰ ਜੋ ਬੇਨਤੀ ਕਰਨ ਲੱਗੇ ਹਨ, ਸਰਦਾਰ ਰਣਜੀਤ ਸਿੰਘ ਸਰਪੰਚ ਪਿੰਡ ਦੇੜਕਾ, ਉਹ 2-4 ਮਿੰਟ ਵਾਸਤੇ ਮਾਤਾ ਸਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਰਦਾਰ ਰਣਜੀਤ ਸਿੰਘ ਬੱਬੂ ਸਰਪੰਚ ਪਿੰਡ ਦੇੜਕਾ। ਗੁਰਬਾਣੀ ਦਾ ਫਰਮਾਨ ਹੈ, ਜਿਹਾ ਤੇਰੀ ਲਿਖਿਆ ਤੇਹਾ ਹੁਕ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਡ ਜਾਏ। ਇਹ ਮਹਾਂਵਰਤ ਅਨੁਸਾਰ ਬਹੁਤ ਹੀ ਸਤਿਕਾਰਯੋਗ ਮੇਰੇ ਭੂਆ ਜੀ ਸਰਜੀਤ ਕੌਰ ਜੀ, ਜੋ ਕਿ ਕੁਝ ਦਿਨ ਪਹਿਲਾਂ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਇਸ ਮਾਤ ਲੋਕ ਤੋਂ ਕਾਰ ਚਲਾਣਾ ਕਰ ਗਏ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸਮੁੱਚੀ ਗੁਰਸਿੱਖ ਸੰਗਤ ਦੀ ਪਹੁੰਚੀ ਤੋਂ ਪਹਿਲਾਂ ਫਤਿਹ ਅੱਜ ਕਰਨਾ, ਸਾਰੀ ਸੰਗਤ ਫਤਿਹ ਦਾ ਫਤਿਹ ਦਾ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਲੰਬੇ ਸਮੇਂ ਤੋਂ ਬੈਠੇ ਹੋ, ਜੋ ਕਿ ਰਾਗੀ ਜਿੱਤਾਂ ਨੇ ਆਪ ਜੀ ਨੂੰ ਬੜੀਆਂ ਉਦਾਹਰਨਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨ ਦਾ ਯਤਨ ਕੀਤਾ। ਬਈ ਜੋ ਪ੍ਰਾਣੀ ਇੱਥੇ ਆਇਆ ਹਰੇਕ ਨੇ ਜਾਣਾ, ਇੱਥੇ ਕਿਸੇ ਨੇ ਨਹੀਂ ਰਹਿਣਾ। ਪਰ ਮੈਂ ਆਪਣੇ ਨਗਰ ਵੱਲੋਂ ਜੋ ਸਤਿਕਾਰਯੋਗ ਗੁਰਪ੍ਰੀਤ ਸਾਧੂ ਸਿੰਘ ਜੀ, ਉਹਨਾਂ ਦਾ ਵੱਡਾ ਪਰਿਵਾਰ, 3 ਬੇਟੇ 3 ਬੇਟੀਆਂ, ਜੋ ਨਗਰ ਦੇ ਵਿੱਚ ਦੇੜ ਕੇ ਨਗਰ ਦੇ ਨਿਆਲ ਇੰਨਾ ਮੇਲ ਮਿਲਾਪ, ਦੇਖੋ ਭਵਾਂ ਖੁੱਪੜ ਜੀ ਦਾ ਸਹੁਰਾ ਪਰਿਵਾਰ ਹੈ, ਸਾਡੇ ਭੂਆ ਜੀ ਉਸ ਨਗਰ ਦੀ ਧੀ, ਜਿਨ੍ਹਾਂ ਨੇ ਉਸ ਨਗਰ ਦੇ ਵਿੱਚ ਰਹਿਣਾ ਕੀਤਾ ਲੰਬਾ ਸਮਾਂ। ਪਰ ਸਮਾਜ ਪ੍ਰਤੀ ਜੋ ਉਹਨਾਂ ਦੀਆਂ ਸੇਵਾਵਾਂ, ਮੈਂ ਆਪ ਜੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਦੱਸਣਾ ਚਾਹਾਂਗਾ, ਬਈ ਕੋਈ ਵੀ ਉਹਨਾਂ ਦੇ ਦਰ ਤੇ ਦੇਹੜੀ 'ਤੇ ਗਿਆ, ਕੋਈ ਖਾਲੀ ਨਹੀਂ ਮੁੜਿਆ। ਸਾਡੇ ਨਗਰ ਦੇ ਵਿੱਚ ਕੋਈ ਸਾਂਝਾ ਕੰਮ ਅਸੀਂ ਆਰੰਭਤਾ ਕੀਤੀ, ਪਹਿਲਾਂ ਇਹਨਾਂ ਦਾ ਦਰਵਾਜ਼ਾ ਖੜਕਾਇਆ, ਕਦੇ ਜਵਾਬ ਨਹੀਂ ਦਿੱਤਾ। ਉਦੋਂ ਵੱਡੀ ਗੱਲ, ਸਾਡੇ ਨਗਰ ਦੇ ਵਿੱਚ ਜੋ ਇੱਕ ਲੜੀ ਵਿੱਚ ਪਰੋਣ ਦੀ ਕਿਰਪਾਲਤਾ ਕੀਤੀ ਇਸ ਨਗਰ ਨੇ, ਧੰਨ ਧੰਨ ਬਾਬਾ ਸੌਂਦਾ ਸਿੰਘ ਜੀ ਮਹਾਰਾਜ ਪਹਿਲਿਆਂ ਵਾਲੇ, ਸਾਡੇ ਨਗਰ ਵਿੱਚ ਉਹਨਾਂ ਦਾ ਪਵਿੱਤਰ ਸਥਾਨ ਹੈ, ਇੱਕ ਡੱਲਾ ਅਤੇ ਇੱਕ ਦੇੜਕਾ, ਦੋਨਾਂ ਨਗਰਾਂ ਦਾ ਸਾਂਝਾ ਸਥਾਨ ਆ। ਉਸ ਸਥਾਨ ਤੋਂ ਨਗਰ ਕੀਰਤਨ ਕੱਢਿਆ ਜਾਂਦਾ ਤੇ ਬਰਸੀ ਮਨਾਈ ਜਾਂਦੀ ਹੈ ਮਹਾਂਪੁਰਸ਼ਾਂ ਦੀ। ਉਹ ਦੋਨਾਂ ਨਗਰਾਂ ਵਿੱਚ ਦੀ ਪਹਿਲਾਂ ਡੱਲਾ ਫਿਰ ਦੇੜਕਾ, ਉੱਥੇ ਸਾਡੇ ਪਿੰਡ ਵਿੱਚ ਨਗਰ ਕੀਰਤਨ ਪਹਿਲਾਂ ਡੱਲੇ ਤੋਂ ਫਿਰ ਦੇੜ ਕੇ ਆਉਣ ਦੀ ਕਿਰਪਾਲਤਾ ਕਰਦਾ। ਪਰ ਉੱਥੇ ਸਾਡੇ ਸਾਰੇ ਨਗਰ ਨੂੰ ਸਾਂਝਾ ਸੱਦਾ ਦੇ ਕੇ ਹਰੇਕ ਘਰ ਨੂੰ ਸਪੀਕਰ ਵਿੱਚ ਅਨਾਊਂਸਮੈਂਟ ਕੀਤੀ ਜਾਂਦੀ ਹੈ, ਵੀ ਬਕਾਇਦਾ ਕਿਸੇ ਨੂੰ ਇਹ ਨਹੀਂ ਹੈ ਵੀ ਸੱਦਾ ਪੱਤਰ ਸਾਰੇ ਨਗਰ ਨਾਲ ਪ੍ਰੇਮ ਨਖਰਾਂ ਵਾ। ਇਹ ਪਰਿਵਾਰ ਜਿਹੜਾ ਸਾਰੇ ਨਗਰ ਨੂੰ ਇੱਕ ਨਿਗਾਹ ਨਾਲ ਦੇਖਣ ਵਾਲਾ, ਉਹਨਾਂ ਨੇ ਬੁਲਾਉਣਾ ਤੇ ਸਾਰੇ ਨਗਰ ਨੂੰ ਸਹਿਜ ਪਾਠਾਂ ਦੇ ਭੋਗ ਪਾ ਕੇ ਉਪਰੰਤ ਗੁਰੂ ਦਾ ਲੰਗਰ ਕਰਨਾ। ਇਹ ਵੀ ਹੈ ਕੋਈ ਗੁਰੂ ਦੇ ਲੰਗਰ ਕਰਨ ਨਾਲ ਕੋਈ ਵੱਡਾ ਨਹੀਂ, ਪਰ ਗੁਰੂ ਦੀ ਹਜ਼ੂਰੀ ਵਿੱਚ ਆ ਜਾਣਾ, ਬੈਠ ਕੇ ਗੁਰਬਾਣੀ ਸਰਵਣ ਕਰਨੀ ਅਤੇ ਉਪਰੰਤ ਗੁਰੂ ਦੀ ਚਲਾਈ ਹੋਈ ਮਰਯਾਦਾ ਅਨੁਸਾਰ, ਦੇਖੋ ਡੱਲੇ ਤੋਂ ਜੋ ਵੀ ਸੰਗਤ ਜਾਂ ਸਾਡੇ ਪਿੰਡ ਤੋਂ ਆਉਂਦੀ, ਸਾਡੇ ਨਗਰ ਨੂੰ ਜੋ ਵੱਡੀ ਸੇਵਾ ਮੰਨ ਕੇ ਚੱਲੋ ਵੀ ਦੂਜੇ ਨਗਰ ਨੇ ਵੀ ਇਸ ਪਿੰਡ ਵਿੱਚ ਆ ਕੇ ਪ੍ਰਸ਼ਾਦਾ ਪਾਣੀ ਛਕਣਾ ਤੇ ਸਾਰੇ ਨਗਰ ਨੂੰ ਇੱਕ ਜਗ੍ਹਾ ਤੇ ਇਕੱਠੀ ਕਰਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜੇ ਦੇਖਿਆ ਜਾਵੇ ਸੱਦੇ ਪੱਤਰ ਅੱਧਿਆਂ ਨੂੰ ਦਿੱਤੇ ਜਾਂਦੇ ਆ, ਕੁਛ ਮਨ ਵਿੱਚ ਦਵੈਤ ਭਾਵ ਹੁੰਦੇ ਆ, ਉਹ ਨਹੀਂ ਸੱਦੇ ਜਾਂਦੇ। ਪਰ ਇਹ ਸਤਿਗੁਰ ਦੀ ਕਿਰਪਾ ਹੋਇਆ ਕਰਦੀ ਆ, ਜਿੱਥੇ ਨਗਰ ਦਾ ਇੰਨਾ ਪ੍ਰੇਮ ਰੱਖ ਕੇ ਸਾਰੇ ਨਗਰ ਨੂੰ ਇੱਕ ਥਾਂ ਤੇ ਇਕੱਠੇ ਕਰਨਾ, ਤੇ ਵਾਹਿਗੁਰੂ ਦੀ ਕਿਰਪਾ। ਮੈਂ ਬੜੇ ਸਤਿਕਾਰਯੋਗ ਮੇਰੇ ਭੂਆ ਸਰਜੀਤ ਕੌਰ ਜੀ ਨੂੰ,
ਸਾਦਾ ਜੀ ਫੁੱਲ ਭੇਟ ਕਰਦਾ ਅਤੇ ਮੈਂ ਇਹ ਕਹੂੰਗਾ ਮੈਨੂੰ ਵੱਡੇ ਵੀਰ ਜੀ ਨੇ ਜਿਸ ਦਿਨ ਦੁੱਖ ਦੀ ਸਾਂਝ ਕਰਨ ਪਿੰਡ ਦੇੜ ਕੇ ਗਏ ਸੀ ਇਹਨਾਂ ਨੇ ਮੇਰੇ ਨਾਲ ਇੱਕ ਗੱਲ ਕੀਤੀ ਵੀ ਵੀਰ ਜੀ ਵੀ ਇਹ ਨਾ ਕਿਹੋ ਵੀ ਭੂਆ ਜੀ ਇਸ ਦੁਨੀਆਂ ਤੋਂ ਚਲੇ ਗਏ ਵੀ ਸਾਡੇ ਨਾਲ ਤੁਸੀਂ ਦੂਰਤਾ ਕਰ ਦਿਓ ਅਸੀਂ ਉਸੇ ਦੇ ਵਾਰਸ ਹਾਂ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਪ੍ਰੇਮ ਰੱਖਾਂਗੇ ਹਰ ਟਾਈਮ ਹਰ ਵਕਤ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਤੁਹਾਡੇ ਲਈ ਹਾਜ਼ਰ ਹੋਵਾਂਗੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਆਖਦੇ ਹਾਂ ਕਿਉਂਕਿ ਉਸ ਨਗਰ ਦਾ ਸੇਵਾਦਾਰ ਹੋਣ ਦੇ ਨਾਤੇ ਨਗਰ ਤੋਂ ਬਹੁਤ ਪਾਉਂਦੇ ਸੱਜਣ ਪੂਰੀ ਪੰਚਾਇਤ ਇੱਥੇ ਮੌਜੂਦ ਆ ਅਸੀਂ ਤੁਹਾਡੇ ਤੋਂ ਕਦੇ ਵੀ ਮੁੱਖ ਨਾ ਮੋੜਾਂਗੇ ਅਸੀਂ ਤੁਹਾਨੂੰ ਕਦੇ ਵੀ ਕੋਈ ਸੇਵਾ ਹੋਵੇ ਤੁਹਾਨੂੰ ਯਾਦ ਕਰਾਂਗੇ ਅਤੇ ਤੁਹਾਡੇ ਨਾਲ ਹਰ ਦੁੱਖ ਸੁੱਖ ਵਿੱਚ ਸਾਂਝ ਪਾਵਾਂਗੇ ਤੇ ਨਾਲ ਖੜਾਂਗੇ ਵਾਹਿਗੁਰੂ ਕਿਰਪਾ ਕਰੇ ਤੁਹਾਡਾ ਇਸ ਨਗਰ ਦਾ ਸਾਡੇ ਨਗਰ ਨਾਲ ਕੁੱਬੜ ਜੀ ਦਾ ਉਸੇ ਤਰ੍ਹਾਂ ਪ੍ਰੇਮ ਰਹੇ ਜਿਸ ਤਰ੍ਹਾਂ ਭੂਆ ਹੁੰਦਿਆਂ ਰਹਿੰਦਾ ਸੀ ਪ੍ਰੇਮ ਉਸ ਤਰ੍ਹਾਂ ਹੀ ਰਹੇ ਇਹ ਪਰਿਵਾਰ ਦੇੜ ਕੇ ਨਗਰ ਨਾਲ ਉਸੇ ਤਰ੍ਹਾਂ ਹੀ ਵਰਤਦਾ ਰਹੇ ਪਰਮਾਤਮਾ ਕਿਰਪਾ ਕਰੇ ਸਤਿਗੁਰੂ ਪਾਤਸ਼ਾਹ ਮਿਹਰ ਕਰਨ ਸਾਡੀ ਸਰਕਾਰ ਦੇ ਭੂਆ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ ਬਖਸ਼ਣ ਕਿਸੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੁਕਮਸ਼ਣ ਅੰਤ ਵਿੱਚ ਫਤਿਹ ਅਰਜ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਿੰਦਰ ਸਿੰਘ ਰਣੀਆ ਸਾਬਕਾ ਸਰਪੰਚ ਸਾਹਿਬ ਉਹ ਵੀ ਮਾਤਾ ਸ੍ਰੀ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨਗੇ ਸਰਦਾਰ ਹਰਿੰਦਰ ਸਿੰਘ ਰਣੀਆ ਸਾਹਿਬ ਪਾਵਨ ਹਾਜ਼ਰੀ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਸਰਜੀਤ ਕੌਰਾਂ ਨੂੰ ਆਪਣੇ ਨਿੱਜੀ ਸ਼ਰਧਾ ਭੇਟ ਕਰਨ ਵਾਸਤੇ ਆਏ ਹੋਏ ਨਗਰ ਨਿਵਾਸੀ ਇਲਾਕਾ ਨਿਵਾਸੀ ਸਾਰੇ ਹੀ ਪਰਿਵਾਰ ਨਾਲ ਪਿਆਰ ਰੱਖਣ ਵਾਲੇ ਮੈਂ ਆਪ ਸਭ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਫਤਿਹ ਬੁਲਾਉਣਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬੀਬੀ ਜਵਾਨ ਜਗਤ ਅਰਦਾਸ ਪਹੁੰਚੇ ਹੈ ਤੇ ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਕੋਲ ਵਿਛੜੀ ਆਤਮਾ ਨੂੰ ਆਪਣੇ ਪਾਵਨ ਚਰਨਾਂ ਵਾਸਤੇ ਬਖਸ਼ੀ ਜੇ ਉਸ ਪ੍ਰਾਣੀ ਤੋਂ ਅਵਾਹੇ ਵਗਾਹੇ ਜਾਣੇ ਅਣਜਾਣੇ ਉਹ ਗਲਤੀ ਹੋ ਗਈ ਉਹ ਮਾਫ ਕਰ ਦੇ ਆਪਣੇ ਚਰਨਾਂ ਥਾ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਬੜਾ ਕੁਛ ਕਰਦੇ ਹਾਂ ਆਪਣੇ ਪਰਿਵਾਰ ਵਾਸਤੇ ਬੜਾ ਕੁਛ ਕਰਦੇ ਹਾਂ ਅਸੀਂ ਇਹ ਕਦੇ ਨਹੀਂ ਸੋਚਿਆ ਜਿਹੜਾ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਸਾਰੀ ਜਾਵਾ ਦਿੱਤਾ ਹੈ ਇਹ ਸਾਨੂੰ ਕਿਵੇਂ ਮਿਲਿਆ ਇਹ ਕਿਉਂ ਮਿਲਿਆ 83 ਲੱਖ ਜੋਨ ਹੈ ਹੋਰ ਜੋਨ ਵੀ ਮਿਲ ਸਕਦੀ ਸੀ ਆਪਾਂ ਉਹ ਕਿਹੜਾ ਮਕਾਨਾ ਹੋਰ ਵੀ ਬਣ ਸਕਦੇ ਸੀ ਜਿਹੜਾ ਪਰਮਾਤਮਾ ਨੇ ਸਾਨੂੰ ਆਹ ਬਰੁੱਖੀ ਜਲ ਜੋਨ ਜਿਹੜੀ ਦਿੱਤੀ ਹੈ ਇਸ ਕਰਕੇ ਦਿੱਤੀ ਹੈ ਜਿਹੜੇ ਸਾਡੇ ਪਿਛਲੇ ਜਨਮ ਤੱਕ ਸਨ ਜਿਹੜਾ ਅਸੀਂ ਪਰਮਾਤਮਾ ਦਾ ਨਾਂ ਲਿਆ ਸੀ ਗੁਰੂ ਦੀ ਸੇਵਾ ਕੀਤੀ ਸੀ ਪਹਿਲੇ ਤੇ ਸਮੇਂ 'ਚ ਉਹਦੀ ਬਦੌਲਤ ਪਰਮਾਤਮਾ ਨੇ ਸਾਨੂੰ ਇਹ ਮਨੁੱਖੀ ਜੀਵਨ ਬਖਸ਼ਿਸ਼ ਕੀਤਾ ਅਤੇ ਅਸੀਂ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਮਨੋਂ ਵਸਾ ਚੁੱਕੇ ਹਨ ਅੱਜ ਦੇ ਗਿਆਨੀ ਜਿਹੜੇ ਕੀਰਤਨ ਕਰਦੇ ਬੋਲ ਰਹੇ ਸਨ ਕਿ ਗੁਰੂ ਦੀ ਹਾਲਤ 'ਚ ਬੈਠ ਤੋਂ ਅਸੀਂ ਬੜਾ ਚਿੰਤ ਰਹੇ ਹਾਂ ਐਵੇਂ ਧਰਨ ਬਸੀ ਹੋ ਜਾਂਦੇ ਹਾਂ ਕੋਈ ਛੇਤੀ ਮਿਲੋ ਜੀ ਕੰਮ ਮੈਂ ਜਾਵਾਂ ਆਪਣੇ ਘਰੇ
ਜਾਂਦੇ ਬੰਦ ਮੰਜੇ ਦੇ ਪਹੀਏ ਜਾਂ ਕਈ ਵਰਗੇ ਪਹੀਏ ਵਰਗੇ ਹੁੰਦੇ ਆ ਸਾਡੀ ਨੂੰ ਕਿਤੇ ਬੋਲਣ ਆਉਂਦਾ ਕਹਿਣਾ ਵੀ ਛੱਡਦਾ ਹੈ ਉੱਧਰ ਜਾ ਕੇ ਤਾਸ਼ ਦੀਆਂ ਚਾਰ ਬਾਜੀਆਂ ਰਲੀਆਂ ਸੀਗੀਆਂ ਇੱਥੋਂ ਉੱਠਣਾ ਜਾ ਕੇ ਖੁੱਟ ਤੇ ਬਹਿ ਜਾਣਾ ਜਾਂ ਸੱਸ ਬਹਿ ਕੇ ਤਾਸ਼ ਖੇਡਣੀ ਹੈ ਤੇ ਜਾਂ ਫਿਰ ਸਾਰੇ ਪਿੰਡ ਦੀ ਮੈਲ ਧੋਣੀ ਹੈ ਉਹ ਕੰਮ ਅਸੀਂ ਕਰ ਲੈਂਦੇ ਹਾਂ ਆਪਣੇ ਜੀਵਨ ਸਵਾਰਨ ਦੇ ਕੁਛ ਨਹੀਂ ਕਰ ਦਿੰਦਾ ਇਹ ਸਾਡੇ ਮਾੜੇ ਭਾਗ ਹੈ ਮਾੜੇ ਕਰਮਾਂ ਹੈ ਗੁਰੂ ਦੀ ਹਾਜ਼ਰੀ ਵਿੱਚ ਬੈਠਣਾ ਜਿੰਨਾ ਸਮਾਂ ਮਿਲੇ ਆਪਦੇ ਭਾਣਿਆਂ ਬੈਠੇ ਹੁਣ ਪਹਿਲਾਂ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਆਪਾਂ ਕਹਿੰਦੇ ਹੁਣ ਕੀਰਤਨ ਕਰਨਾ ਨਹੀਂ ਜਾਣਦੇ ਚਲੋ ਸੁਣਿਆ ਆਪਾਂ ਸਰਵਣ ਕੀਤਾ ਕੋਈ ਨਾ ਗੱਲ ਆਪਣੇ ਗੱਲ ਕਹੀ ਹੈ ਤੇ ਹੁਣ ਆਪਣਾ ਮਨ ਇਹ ਹੁੰਦਾ ਹੈ ਕੋਈ ਆਪਾਂ ਨੂੰ ਨਾ ਬੋਲਣ ਵਾਲਾ ਹੁੰਦਾ ਕੋਈ ਉਹਨੂੰ ਦੇਖ ਵਰਤਾ ਲੈਣੀ ਸੀ ਕਿ ਆਪਾਂ ਘਰੋਂ ਵੀ ਤੁਰ ਜਾਣਾ ਸੀ ਇਹ ਜਿਹੜਾ ਸਮਾਂ ਤੁਸੀਂ ਗੁਰੂ ਦੀ ਹਾਜ਼ਰੀ ਵਿੱਚ ਬੈਠੇ ਹੋ ਇਹ ਬਾਈ ਬੜਾ ਪਵਿੱਤਰ ਸਮਾਂ ਤੁਹਾਡੇ ਵਾਸਤੇ ਅੱਜ ਦਾ ਦਿਨ ਤੁਹਾਡੇ ਵਾਸਤੇ ਸਫਲਾ ਭਾਵੇਂ ਆਪਾਂ ਇਸ ਦੁੱਖ ਦੀ ਘੜੀ ਇਸ ਸਥਾਨ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ ਲੇਕਿਨ ਸਾਡਾ ਜਿਹੜਾ ਸਮਾਂ ਜਿਹੜਾ ਸਫਲਾ ਹੈ ਉਹ ਅਸੀਂ ਜੀਵਨ ਅੱਜ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਕਿਸੇ ਗੁਰੂ ਦੀ ਹਾਜ਼ਰੀ 'ਚ ਬੈਠੇ ਹਾਂ ਇਸ ਵਾਸਤੇ ਸਮੇਂ ਅਨੁਸਾਰ ਸਭਾ ਯਾਦਰ ਬਹੁਤ ਬੋਲਿਆ ਜਾਵੇ ਪਰ ਉਹ ਗੈਰੀਜਮੈਂਟ ਦੀ ਟੋਕ ਦੇ ਅੱਗੇ ਗਏ ਆ ਕੋਈ ਜਿਹੜੀ ਸਰਬਾਣੀ ਹੈ ਸੱਚ ਦੀ ਬਾਣੀ ਉਹ ਸਾਡੇ ਕੰਨ ਹੀ ਸੁਣਦੇ ਹੈ ਕੰਨ ਦੁਖਣਾ ਲੱਗ ਜਾਂਦੇ ਹੈ ਸਾਡੇ ਦਿਮਾਗ ਕੋਈ ਗੱਲ ਨਹੀਂ ਪੈਂਦੀ ਨਹੀਂ ਸੁਣ ਸਕਦੇ ਸਾਡੇ ਕੰਮ ਹੀ ਮਾੜੇ ਸਾਡੇ ਭਾਗ ਹੀ ਮਾੜੇ ਹੈ ਉਹ ਯਾਰ ਅਸੀਂ ਕਿਸੇ ਵਿਆਹ ਸ਼ਾਦੀ ਜਾਂਦੇ ਹਾਂ ਕਿਸੇ ਪੈਲਸ ਦੇ ਵਿੱਚ ਜਾਂਦੇ ਹਾਂ ਉੱਥੇ ਜੋ ਨੱਚਣ ਦੇ ਗਾਉਣੀਆਂ ਲੱਗੀਆਂ ਹੋਈਆਂ ਉਹਨਾਂ ਵੱਲ ਸਵੇਰ ਤੋਂ ਬੈਠ ਕੇ ਸ਼ਾਮ ਤੱਕ ਮੂੰਹ ਚੱਕ ਕੇ ਬੈਠੇ ਰਹਿੰਦੇ ਹੈ ਉੱਥੇ ਇੰਨਾ ਖੜਕਾ ਹੁੰਦਾ ਇੰਨੀ ਆਵਾਜ਼ ਹੁੰਦੀ ਹੈ ਇੰਨਾ ਪੋਲਿਊਸ਼ਨ ਆਵਾਜ਼ ਦਾ ਉਹਦਾ ਹੀ ਚਾਰ ਘੰਟੇ ਭਾਵੇਂ ਸੱਤ ਘੰਟੇ ਪਾ ਲਏ ਭਾਵੇਂ ਅੱਠ ਘੰਟੇ ਪਾ ਲਏ ਬੈਠੇ ਰਹਾਂਗੇ ਉਹ ਨਹੀਂ ਸੁਣ ਸਕਦੇ ਹੈ ਕਵਰ ਦੂਰ ਹੈ ਉਹ ਇਹ ਸੱਚ ਦੀ ਬਾਣੀ ਜਿਹੜਾ ਸਾਡਾ ਸਾਨੂੰ ਜੀਵਨ ਦਿੱਤਾ ਹੈ ਅਤੇ ਆਉਣਾ ਜੀਵਨ ਹੀ ਸਵਾਰਨਾ ਹੈ ਉਹਨੂੰ ਸੁਣਨ ਤੋਂ ਬਹੁਤ ਵੱਡਾ ਗਰੇਜ ਕਰਦੇ ਹਾਂ ਸੁਣਨੀ ਵੀ ਬਾਣੀ ਉਹਨਾਂ ਹੀ ਫਲ ਹੈ ਜਿਹੜਾ ਪੜ੍ਹਨ ਵਾਲੇ ਨੂੰ ਹੋਣਾ ਇਸ ਵਾਸਤੇ ਸਮਾਂ ਕੱਢਿਆ ਕਰੋ ਕਿ ਆਪਣੇ ਸਮੇਂ ਅਨੁਸਾਰ ਇਹ ਗੁਰਬਾਣੀ ਸਾਨੂੰ ਹੀ ਕਰਿਆ ਕਰੋ ਅਤੇ ਆਪ ਵੀ ਪੜ੍ਹਿਆ ਕਰੋ ਬੜਾ ਵਧੀਆ ਪਰਿਵਾਰ ਹੈ ਸਾਡੇ ਇਲਾਕੇ ਦਾ ਬਹੁਤ ਹੀ ਇਸ ਪਰਿਵਾਰ ਨੇ ਆਪਣਾ ਮਾਣ ਸਤਿਕਾਰ ਬਣਾ ਕੇ ਰੱਖਿਆ ਹੋਇਆ ਸਰਦਾਰ ਸਾਹਿਬ ਨੇ ਜਿਹੜਾ ਵਾ ਗਹਿਰਾ ਬੜਾ ਲੰਬਾ ਹੈ ਉਹ ਗਹਿਰਾ ਕਰਕੇ ਲੰਬਾ ਹੁੰਦਾ ਹੈ ਉਹਨਾਂ ਨੇ ਉਹਨਾਂ ਦੇ ਪਿਆਰ ਦੀ ਖਿੱਚ ਹੈ ਉਹ ਹਰ ਨੂੰ ਆਪਣਾ ਸਮਝ ਗਏ ਹੈ ਉਸ ਪਿਆਰ ਦੀ ਬਦੌਲ ਦਾ ਦੇਖਿਆ ਹੈ ਅੱਜ ਇਸ ਸੋਗ ਦੇ ਸਮੇਂ 'ਤੇ ਇਸ ਦੁੱਖ ਵਿੱਚ ਕੱਲਾ ਰੰਗੋਲਾ ਨਹੀਂ ਸਾਰੇ ਇਲਾਕਾ ਨਿਵਾਸੀ ਬਹੁਤ ਸਾਰੀਆਂ ਸਤਿਕਾਰ ਜੋ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋ ਗਈਆਂ ਕਿ ਬਈ ਇਸ ਪਰਿਵਾਰ ਦੇ ਪਿਆਰ ਦੀ ਨਿਸ਼ਾਨੀ ਹੈ ਇਸ ਵਾਸਤੇ ਕਈ ਵਾਰ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਇਹ ਸਮਾਗਮ 'ਤੇ ਅਸੀਂ ਆਉਂਦੇ ਹਾਂ ਅਸੀਂ ਤੋਂ ਕੁਝ ਨਾ ਕੁਝ ਸਿੱਖ ਲੈਂਦੇ ਹਾਂ ਸਿੱਖਣਾ ਚਾਹੀਦਾ ਪਰਿਵਾਰ ਦੀ ਅਹਿਮੀਅਤ ਬੜੀ ਵੱਡੀ ਹੈ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਇਹ ਵੀ ਉਹਨਾਂ ਨੇ ਆਪਣੇ ਜੀਵਨ 'ਚ ਇੱਕ ਵਧੀਆ ਜ਼ਿੰਦਗੀ ਬਤੀਤ ਕੀਤੀ ਹੈ ਸਰਪੰਚ ਸਾਹਿਬ ਬੋਲ ਕੇ ਗਏ ਹੈ ਜਿਸ ਇਨਸਾਨ ਦਾ ਪਿਛੋਕੜ ਵਧੀਆ ਹੁੰਦਾ ਜਿਸ ਇਨਸਾਨ ਦਾ ਪੇਕਾ ਵਧੀਆ ਹੁੰਦਾ ਉਹ ਬਈ ਪੇਨ ਜਿਹੜੀ ਦਿੱਤੀ ਹੁੰਦੀ ਹੈ ਬੂਟੇ ਨੂੰ ਇਹ ਉਸੇ ਤਰ੍ਹਾਂ ਦੇ ਬੂਟੇ ਨੂੰ ਫੜ ਲੱਗ ਗਏ ਹੈ ਇਹ ਗੱਲ ਪ੍ਰਤੱਖ ਹੈ ਕਿ ਬੀਬੀ ਉਹਨਾਂ ਨੇ ਆਪਣੇ ਪਰਿਵਾਰ 'ਚ ਜਿੱਥੇ ਜੰਮੇ ਹੋ ਪਲੇ ਹੋ ਉੱਥੋਂ ਉਹਨਾਂ ਨੇ ਕੁਝ ਨਾ ਕੁਝ ਫੜ ਕੇ ਲਿਆਂਦਾ ਉਸ ਪਰਿਵਾਰ ਦੀ ਬਦੌਲਤ ਇੱਥੇ ਆ ਕੇ ਬੀਬੀ ਉਹਨਾਂ ਨੇ ਉਸ ਚੀਜ਼ ਨੂੰ ਪਿੱਛੇ ਡੱਡ ਦਿੱਤਾ
उस गल छड़िया नहीं है, उस गल भुजे नहीं है। उन्होंने समाजिक जीवन अपना अंकित किया, परिवार जीवन अंकित किया, उन्होंने धार्मिक जीवन अपना समा गुरु के चरण चलाया। सो समा जाकर इन के बाद बोलिया जाए बहुत ही सत्कार जो आप सोचिए कि बीबी जी होनी इस गल तो पता लगता है बीबी बड़े चंगे सन, बड़े धर्मी सन, उन्होंने परिवार के बच्चे नेड़े जिन्होंने गुरु साहब की पाठ कपशी सन नेड़, उन्होंने भी उस पर प्यार सरासरण के प्यार जुड़ के उस प्यार अगे बढ़ाया हुआ है। यही बही रह जाना इतने, बाकी तो सब कूड़ है, कमाई कर लो, कले बना लो, पैसे कट्ठे कर लो, वो सब बही इतने रह जाने। जो बंदा मरता है अपने का जे आप मंजे मुझे से पा रहे हैं, अरे हिंदू धर्म वाले हैं, जो बंदा पूरा हो जाता है खत्म हो जाता मर जाता है वो धरती से पा रहे हैं थले, वो उन्होंने अपने रीत है वो कि उन्होंने मंजा भी बन चढ़ता है मंजे तो ना कि थले पा रहे हैं। इस वास्ते पले साढ़े कख नहीं है, पता नहीं कदों खूब जी निकल जानी है, इतों चकलों चकल हो जानी है। इस वास्ते जो परिवार ने लोगों ने प्यार बना के रखे है सानू सारों ये गल सीख जानी चाहिए है, किसी भी सब के नाल प्यार करिए, सब का सत्कार करिए, निम्रता दे नाल लोगों में गुजरीए, यही इतने रह जाना है, यही नाल जाना है। और भाई किले जमीन जायदाद सब इतने रह जानी है, क्योंकि मरण तो बाद सब को वंडिया जाता है, थोड़ा जो प्यार होंगे बूटा भी ला लेते हैं, या आ मेरा आ तेरा सारे भलावा टलते हैं। जो संसार ने प्यार से सरकार बनाया होंगे लोग चाहे इज्जत बनाई होंगी है, उही भाई उस संसार ने पले रह जाता है, क्योंकि जो अभी कितने गल करते हैं सच बैठे असं उस गल जरूर याद करा कि संसार ने बड़ा प्यार कमाया, बड़ा जेदार से, बड़ा निबड़ता वाला से, ये गल करके फिर आप उस संसार को याद करते हैं। इस वास्ते सानू भी चाहिए कि अभी अपने जीवन स्वार्थ वास्ते लोगों सत्कार से प्यार कर सके, निबड़ता जो इंसान का बहुत वाला गुण है वो साढ़े होनी चाहिए है, कि गुरु की सेवा गुरु की गुरबाणी ये सब पढ़नी भी चाहिए है, तो सुननी भी चाहिए ताकि किसी भी आने वाले समय जलपण तो रहित हो जाइए, नहीं तो इतने कड़े खाई आवेंगे पता नहीं है तूगा कि जूनी मिलनी है कितने जाना आप पक्की देखते हैं। आ शास्त्र वेद कहते हैं, गुरबाणी भी कहती है, तो 84 लाख जून है, तो 84 लाख तो गाड़ी रखने के पानी से कोई बारे अपन गया नहीं, अपन गाड़ी रखने धरती जी वो भी देखी है, आ कीड़े मकौड़े पानी के सुट सपे ये देखने ने डू मछिया, पर पता नहीं कि जीवन से मुड़ के पैना है। इस वास्ते अपने जीवन स्वार्थ वास्ते गुरबाणी पढ़ो, गुरु का शुकराना करो और गुरु का सत्कार करो। ये शब्द करके मैं देवी उन्होंने अपने वालों श्रद्धा के फुल भेट करना है, उसे श्रोमणी अकाली दल वालों श्रोमणी गुरुद्वारा प्रबंधक कमेटी वालों सत्कार देवी उन्होंने श्रद्धा के फुल भेट करके आप सारी संगत को कहना चाहना है वाहेगुरु जी का खालसा वाहेगुरू जी की फतह। पवित्र हजूरी के बहुत ही पवित्र स्थान से बहुत अपनी घड़ी के गल परिवार को साझा करना ही हुई परम सत्कार जो गुरु सात संगत जी फतेह प्रवान करो वाहगुरु जी का खालसा श्री वाहगुरु जी की फतेह। राजा रंगना कौ रहे रंगना पंग फकीर वारी आपो अपनी कोई ना बंदे धीर। गुरु महाराज जी के वाक अनुसार अच अपने गिल परिवार से बहुत अपनी घड़ी है, कि बहुत ही सत्कार जो माता सरजीत कौर जी जो आपां नूं छोड़ा दे गए हैं, आपां सारे ही उन्होंने अपनी श्रद्धा भेट करना है। मौत जो कि एक टास चाहिए है आपां नूं पता है हर इंसान पर आनी है, जो कस कल उस काल पुरख का हुक्म है वो आपां नूं मनना पैंदा है, तो मनना पैना है। आपां नूं पता है कि माता जी की बेशक उम्र नहीं सी जानती, पर जो परमात्मा का हुक्म है वो मनना पैंदा है। हमेशा ही यह जो इंसाना का समाज के आप बहुत वही लौड़ होती है, पर उस कार्य पर्व के हुक्म मुताबक आपको जाना पैदा है।
ਇਹ ਗਿਰ ਪਰਿਵਾਰ ਜੋ ਸਾਡਾ ਆਪਦਾ ਗਿਰ ਪਰਿਵਾਰ ਹੈ, ਇਸ ਨਗਰ ਦਾ ਹੀ ਇਲਾਕੇ ਦਾ ਇੱਕ ਨਾਮਵਰ ਪਰਿਵਾਰ ਹੈ। ਮੈਡਮ ਸਾਹਿਬ ਵਧੀਆ ਸਾਰਾ ਪਰਿਵਾਰ ਹੈ। ਮੈਂ ਆਪਣੇ ਵੱਲੋਂ ਸਾਡੇ ਸਮੁੱਚੇ ਰਣੀਆਂ ਗਿਰ ਪਰਿਵਾਰ ਵੱਲੋਂ, ਸਾਡੀ ਰਣੀਆਂ ਦੀ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ ਅਤੇ ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਿੱਛੇ ਪਰਿਵਾਰ ਨੂੰ ਆਪਾਂ ਨੂੰ ਭਾਣਾ ਮੰਨਣ ਦਾ ਬਲ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਸ਼ਖਸੀਅਤ ਦੇ ਮਾਜੀਤ ਪਾਲ ਸਿੰਘ, ਮੇਰਾ ਦਿਲੋਂ ਇਹਨਾਂ ਨਾਲ ਨਿੱਜੀ ਪਿਆਰ ਵੀ ਹੈ ਅਤੇ ਆਪਣੇ ਸਾਹਮਣੇ ਹੀ ਹੈ ਇਹਨਾਂ ਦੀਆਂ ਗੱਲਾਂ ਬਾਤਾਂ, ਆਪਣਾ ਗੁਆਂਢੀ ਬੈਠਾ ਹੈ। ਸੋ ਜਿੱਥੇ ਪਰਿਵਾਰ ਵੱਲੋਂ ਇਹਨਾਂ ਨੂੰ ਜੀਓ ਆਇਆ ਕਹਿੰਦੇ ਹਨ, ਉੱਥੇ ਮੈਂ ਆਪਦੇ ਵੱਲੋਂ ਨਿੱਜੀ ਤੌਰ 'ਤੇ ਸਰਦਾਰ ਅਜੀਤ ਪਾਲ ਸਿੰਘ ਸਰਪੰਚ ਸਾਹਿਬ ਨੂੰ ਜੀਓ ਆਇਆ ਕਹਿੰਦਾ। ਸੋ ਪਰਿਵਾਰ ਨੇ ਮਾਤਾ ਸੁਰਜੀਤ ਕੌਰ ਜੀ ਯਾਦ ਦੇ ਵਿੱਚ ਕੁਝ ਸਾਂਝੇ ਥਾਂ ਵਾਸਤੇ ਗੁਪਤ ਮਾਇਆ ਦਾਨ ਕੀਤੀ ਹੈ, ਜਿਹਦੇ ਵਿੱਚ ਗੁਰਦੁਆਰਾ ਸੰਤ ਬਾਬਾ ਚੰਦਾ ਸਿੰਘ ਜੀ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ, ਡੇਰਾ ਸੰਤ ਬਾਬਾ ਪੂਰਨਦਾਸ ਜੀ, ਸਰਕਾਰੀ ਹਾਈ ਸਕੂਲ ਰਾਮੋਲਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਰਾਮੋਲਾ ਕਲਾਂ, ਜੈਵਲਪੱਤੀ ਦੀ ਧਰਮਸ਼ਾਲਾ ਦੇ ਲਈ ਅਤੇ ਨਗਰ ਦੀ ਜੋ ਸੇਵਾ ਸੈਕਟਰੀ ਹੈ, ਨਗਰ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਸੇਵਾ ਸੈਕਟਰੀ ਵਾਸਤੇ ਵੀ, ਇਹ ਸੱਤ ਜਗ੍ਹਾ ਦੇ ਉੱਤੇ ਆਪਦੇ ਮਨ ਦੀ ਸ਼ਰਧਾ ਭਾਵ ਦੇ ਨਾਲ ਗੁਪਤ ਸੇਵਾ ਪਰਿਵਾਰ ਨੇ ਕਰਾਈ ਹੈ। ਆਪਣੇ ਵਿੱਚ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਸਾਬਕਾ ਸਰਪੰਚ ਸਾਹਿਬ ਜੋ ਕਿ ਤਰਕ ਯੂਨੀਅਨ ਦੇ ਯਤਵਾਲ ਦੇ ਪ੍ਰਧਾਨ ਵੀ ਹੈ, ਕਾਂਗਰਸੀ ਆਗੂ ਵੀ ਹੈ, ਉਹ ਨਾਲਕਾ ਸਾਨਕਾ ਧੰਨਵਾਦ ਕਰਨਗੇ ਪਰਿਵਾਰ ਵੱਲੋਂ, ਨਾਲੇ ਦੋ ਚਾਰ ਮਿੰਟ ਵਾਸਤੇ ਸ਼ਰਧਾ ਦੇ ਫੁੱਲ ਅਰਪਣ ਕਰਨਗੇ ਸਰਦਾਰ ਹਰਮੇਕ ਸਿੰਘ ਰਾਮੂਵਾਲਾ ਬਲਾਕ ਸਮਿਤੀ ਮੈਂਬਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬੜੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਤੋਂ ਵਿਛੜ ਚੁੱਕੀ ਮੇਰੀ ਦਾਦੀ ਸਮਾਨ ਮਾਤਾ ਸੁਰਜੀਤ ਕੌਰ ਦੀ ਅੰਤਮ ਅਰਦਾਸ ਦੇ ਉੱਤੇ ਜਿੰਨੇ ਵੀ ਆਪਾਂ ਕੱਤਰ ਬਣਿਆ ਫਤਿਹ ਅੱਜ ਕਰਦਾ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਥੋਂ ਪਹਿਲਾਂ ਪਰਿਵਾਰ ਬਾਰੇ, ਮਾਤਾ ਜੀ ਬਾਰੇ ਬੁਲਾਰਿਆਂ ਨੇ ਬਹੁਤ ਕੁਝ ਦੱਸਿਆ, ਕਿਉਂਕਿ ਇਹ ਜਿਹੜਾ ਪਰਿਵਾਰ ਆ ਸਾਡਾ ਆਪਣਾ, ਮੇਰਾ ਆਪਣਾ ਪਰਿਵਾਰ ਆ, ਕਿਉਂਕਿ ਮਾਤਾ ਜੀ ਦਾ ਦਿਲ ਦਾ ਪਿੰਡ ਸੀ, ਮੇਰੇ ਦਾਦਾ ਜੀ ਸਵਰਗਵਾਸੀ ਸਰਦਾਰ ਮੱਜਣ ਸਿੰਘ ਉਹ ਵੀ ਦਿਲ ਦਾ ਪਿੰਡ ਰਹੇ ਸੀ, ਉਹਨਾਂ ਨੇ ਇਹ ਰਿਸ਼ਤਾ ਕਰਵਾਇਆ ਸੀ, ਇਸ ਕਰਕੇ ਅਸੀਂ ਦਾਦੀ ਜੀ ਦੇ ਸਮਾਨ ਇਹਨਾਂ ਦਾ ਮਾਣ ਸਤਿਕਾਰ ਕਰਦੇ ਸੀ। ਸਰਪੰਚ ਸਾਹਿਬ ਨੇ ਮਾਤਾ ਜੀ ਦੇ ਜੀਵਨ ਬਾਰੇ ਉੱਥੇ ਬੜਾ ਕੁਛ ਦੇਣ ਪਿਆਰੇ ਸਰਪੰਚ ਸਾਹਿਬ ਨੇ ਦੱਸਿਆ ਵੀ ਨਿਮਰਤਾ ਦੇ ਪੁੰਜ ਸੀ, ਬਹੁਤ ਵੱਡੇ ਦਾਨੀ ਸੀ, ਸ਼ੁਰੂ ਤੋਂ ਲੈ ਕੇ ਪਰਿਵਾਰ ਦੀ ਜਿਹੜੀ ਆਰਥਿਕ ਹਾਲਤ ਸੀ ਉਹ ਬਹੁਤ ਚੰਗੀ ਤੇ ਵਧੀਆ ਪਰਿਵਾਰ ਸੀ। ਇਹ ਗੌਰਾਂ ਜਿਹੜੇ ਸਭ ਕੁਛ ਹੁੰਦੇ ਹੋਏ ਵੀ ਪਰ ਕਿਸੇ ਕਿਸੇ ਬੰਦੇ ਵਿੱਚ, ਕਿਸੇ ਕਿਸੇ ਵਿਅਕਤੀ ਦੇ ਵਿੱਚ ਇਹ ਗੁਣ ਹੁੰਦੇ ਆ ਜਿਹੜੇ ਮਾਤਾ ਜੀ ਵਿੱਚ ਇਹ ਗੁਣ ਸੀ। ਪਰਿਵਾਰ ਦੇ ਜੀ ਕਾਫੀ ਹੁੰਦੇ ਆ ਪਰ ਜਿਹੜਾ ਨਿੱਘੇ ਸੁਭਾਅ ਦਾ ਮਿਲਵਰਤਨ ਵਾਲਾ ਜੀ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਜਿਹੜਾ ਇਹਨਾਂ ਦਾ ਸੁਭਾਅ ਸੀ ਬਹੁਤ ਨਿਮਰਤਾ ਵਾਲਾ ਤੇ ਨਿੱਘਾ ਸੁਭਾਅ ਸੀ। ਜਿੱਥੋਂ ਤੀਕਰ ਪਰਿਵਾਰ ਦੀ ਗੱਲ ਕਰੀਏ, ਇਹ ਪਰਿਵਾਰ ਉਹਨਾਂ ਸਮੇਂ ਦਾ ਮਾਸਟਰ ਕਰਤਾਰ ਸਿੰਘ ਜੀ ਦਾ ਪਰਿਵਾਰ ਆ ਰਾਮੂਵਾਲਾ ਨਗਰ ਦੇ ਵਿੱਚ, ਜਦੋਂ ਕਿ ਬਹੁਤ ਘੱਟ ਪੜ੍ਹੇ ਲਿਖੇ ਲੋਕ ਹੁੰਦੇ ਸੀ ਪਰ ਉਹ ਮਾਸਟਰ ਸੀ, ਉਸ ਟਾਈਮ ਲੋਕਾਂ ਨੂੰ ਪੜ੍ਹਾਉਂਦੇ ਹੁੰਦੇ ਸੀ। ਉਹ ਪਰਿਵਾਰ ਆ ਇਹ ਜਦੋਂ ਨਗਰ ਦੇ ਸਾਰੇ ਹੀ ਜਿੰਨੇ ਲੋਕ ਸੀ ਉਹਨਾਂ ਕੋਲ ਜਾਂਦੇ ਸੀ, ਜੇ ਕੋਈ ਲਿਖਤ ਕਰਾਉਣੀ ਤਾਂ ਵੀ ਉਹਨਾਂ ਕੋਲ ਜਾਂਦੇ, ਜੇ ਕੁਛ ਪੜ੍ਹਾਉਣਾ ਤਾਂ ਵੀ ਉਹਨਾਂ ਕੋਲ ਜਾਂਦੇ। ਉਦੋਂ ਤੋਂ ਲੈ ਕੇ ਪਰਿਵਾਰ ਆ ਜਿਹੜਾ ਇਹ ਅਗਾਂਹ ਵਧੂ ਪਰਿਵਾਰ ਤੇ ਬਹੁਤ ਉੱਚ ਕੋਟੀ ਦਾ ਪਰਿਵਾਰ ਸੀ ਇੱਥੇ ਨਗਰ ਦੇ ਵਿੱਚ। ਮਾਤਾ ਜੀ ਕੁਛ ਸਮਾਂ ਪਹਿਲਾਂ ਢਿੱਲੇ ਹੋਏ, ਮੈਂ ਵੀ ਘਰੇ ਗਿਆ ਪਤਾ ਲੈ ਕੇ ਆਇਆ, ਵੈਸੇ ਠੀਕ ਸੀ, ਆਏ ਨਹੀਂ ਲੱਗਦਾ ਸੀ ਵੀ ਇੰਨੀ ਛੇਤੀ ਇਹ ਚਲੇ ਜਾਣਗੇ, ਪਰ ਜੋ ਕੁਦਰਤ ਨੂੰ ਮਨਜ਼ੂਰ ਆ ਹੋਣਾ ਉਹੀ ਆ,
ਸਾਹ ਇੱਕ ਵੱਧ ਨਹੀਂ ਆਉਂਦਾ ਗਿਆ। ਬਿਲਕੁਲ ਠੀਕ ਸੀ ਆਂਦੇ ਹੁਣ ਅਸੀਂ ਠੀਕ ਹਾਂ। ਬਾਹ ਵੀ ਹਿਲਾਉਂਦੇ ਸੀ, ਉੱਠਦੇ ਵੀ ਸੀ, ਬੋਲਦੇ ਵੀ ਸੀ, ਸਿਆਣਦੇ ਵੀ ਸੀ। ਉਦੋਂ ਪਿੱਛੋਂ ਚਾਰ ਫੇਰ ਢਿੱਲੇ ਹੋ ਕੇ ਮੋਗੇ ਲੈ ਗਏ, ਉੱਥੇ ਵੀ ਚਾਰ ਦਿਨ ਰਹੇ। ਜਿਸ ਦਿਨ ਇਹਨਾਂ ਦੀ ਮੌਤ ਹੁੰਦੀ ਹੈ, ਡਾਕਟਰ ਸਾਹਿਬ ਨੇ ਆਖਿਆ ਮੈਂ ਸ਼ਾਮ ਨੂੰ ਤੁਹਾਨੂੰ ਛੁੱਟੀ ਦੇ ਦੂੰਗਾ, ਤੁਸੀਂ ਘਰੇ ਚਲੇ ਜਾਇਓ। ਪਰ ਚਾਰ ਕੀ ਦੋ ਵਜੇ ਢਾਈ ਵਜੇ ਅਟੈਕ ਹੋਇਆ, ਉਹ ਸਾਥੋ ਸਦਾ ਲਈ ਵਿਛੜ ਕੇ ਚਲੇ ਗਏ। ਇਹੋ ਜਿਹੇ ਇਨਸਾਨ ਦਾ ਜਾਣਾ ਹੈ ਜਿਹੜਾ, ਉਸ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਤਾਂ ਬਹੁਤ ਵੱਡਾ ਘਾਟਾ ਹੁੰਦਾ ਹੈ। ਵਧੀਆ ਦਾ ਜਿਹੜਾ ਇਨਸਾਨ ਜਾਣਦਾ, ਉਹ ਨਗਰ ਨੂੰ, ਰਿਸ਼ਤੇਦਾਰਾਂ ਨੂੰ, ਇਲਾਕੇ ਨੂੰ ਵੀ ਬਹੁਤ ਵੱਡਾ ਘਾਟਾ ਹੁੰਦਾ ਹੈ। ਕਿਉਂਕਿ ਨਗਰ ਦੇ ਵਿੱਚ ਬੜਾ ਮਾਣ ਅਤੇ ਸਨਮਾਨ ਵਾਲਾ ਪਰਿਵਾਰ ਆ। ਇਹਨਾਂ ਦਾ ਛੋਟਾ ਬੇਟਾ ਸਰਦਾਰ ਸਰਬਜੀਤ ਸਿੰਘ ਸਾਡੇ ਮੌਜੂਦਾ ਮੈਂਬਰ ਪੰਚਾਇਤ ਆ, ਇੱਥੇ ਨਗਰ ਦੀ ਸੇਵਾ ਕਰ ਰਹੇ ਆ। ਸਾਰਾ ਹੀ ਪਰਿਵਾਰ ਹਰ ਕੰਮ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਇੱਥੇ ਹਿੱਸਾ ਲੈਂਦਾ ਹੈ। ਬਹੁਤ ਵਧੀਆ ਪਰਿਵਾਰ ਆ ਇਹ। ਉਹਨਾਂ ਦੇ ਜਾਣ ਦਾ ਦੁੱਖ ਜਿੱਥੇ ਪਰਿਵਾਰ ਨੂੰ ਹੋਇਆ, ਉੱਥੇ ਸਾਡੇ ਨਗਰ ਨੂੰ ਵੀ ਬਹੁਤ ਵੱਡਾ ਦੁੱਖ ਹੋਇਆ। ਅਸੀਂ ਜਿੰਨੀ ਵੀ ਤੁਸੀਂ ਸੰਗਤ ਇੱਥੇ ਪਹੁੰਚੀ ਆ, ਖਾਸ ਕਰਕੇ ਦੇੜਕੇ ਦੀ ਜਿੰਨੀ ਨਗਰ ਪੰਚਾਇਤ ਆ, ਜੋ ਵੀ ਆਏ ਇੱਥੇ, ਅਸੀਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੀ ਨਗਰ ਗੁਆਂਢੀ ਨਗਰਾਂ ਦਾ, ਨਗਰ ਪੰਚਾਇਤ ਦਾ, ਰਿਸ਼ਤੇਦਾਰ, ਦੋਸਤ ਮਿੱਤਰ, ਨਗਰ ਨਿਵਾਸੀ, ਜਿੰਨੇ ਵੀ ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਆ, ਤੁਹਾਡਾ ਇੱਥੇ ਪਹੁੰਚਣ 'ਤੇ ਪਰਿਵਾਰ ਵੱਲੋਂ, ਇਸ ਨਗਰ ਦੀ ਸਮੂਹ ਨਗਰ ਪੰਚਾਇਤ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ ਨੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਹੁਤ ਵਧੀਆ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਬਹੁਤ ਬਹੁਤ ਪਰਿਵਾਰ ਵੱਲੋਂ ਧੰਨਵਾਦ ਹੈ ਜੀ। ਬਹੁਤ ਹੀ ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ ਪੱਪੂ ਲਾਂਗੋਵਾਲਾ, ਉਹ ਵੀ ਕੱਲ੍ਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਹੈ। ਪਰਿਵਾਰ ਵੱਲੋਂ ਉਹਨਾਂ ਦੀ ਹਾਜ਼ਰੀ ਲੋੜ ਦਾ ਵੀ ਦਾਸ ਨੂੰ ਹੁਕਮ ਹੋਇਆ। ਸੋ ਸਮੁੱਚੇ ਤੌਰ 'ਤੇ ਸਾਰੀ ਹੀ ਸਾਧ ਸੰਗਤ ਦਾ, ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਜੋ ਬੇਨਤੀ ਰਿਸ਼ਤੇਦਾਰ ਸਾਹਿਬ ਉਹਨਾਂ ਨੂੰ ਹੈ ਕਿ ਜੋ ਮਾਤਾ ਜੀ ਦੇ ਵੱਲੋਂ ਅੱਜ ਹੀ ਪਾਉਣ ਵਾਸਤੇ ਜਾਣਗੇ, ਸੋ ਰਿਸ਼ਤੇਦਾਰ ਸਾਹਿਬਾਨ ਉਹਨਾਂ ਨੇ ਲੈ ਕੇ ਜਾਣਾ ਜੀ ਪਰਿਵਾਰ ਨੂੰ। ਸਾਰੀ ਸੰਗਤ ਨੂੰ ਬੇਨਤੀ ਹੈ, ਕੜਾਹ ਪ੍ਰਸ਼ਾਦ ਵਰਤ ਰਿਹਾ, ਉਸ ਤੋਂ ਉਪਰੰਤ ਗੁਰੂ ਕਾ ਲੰਗਰ, ਪ੍ਰਸ਼ਾਦਾ, ਚਾਹ ਪਾਣੀ, ਛਕੇ ਤੋਂ ਬਿਨਾਂ ਕੋਈ ਵੀ ਰਾਜ ਆਵੇ। ਪਹਿਲਾਂ ਗੁਰੋਕ ਕਰਨ ਦੀ ਸੰਗਤ, ਉਹ ਜਲ ਪਾਣੀ ਛਕ ਲਏ, ਬਾਅਦ 'ਚ ਬੀਬੀਆਂ ਦੀ ਸੰਗਤ ਜਲ ਪਾਣੀ ਛਕ ਲਏ, ਭਾਈ ਛਕ ਕੇ ਜਾਣਾ। ਪਰਿਵਾਰ ਵੱਲੋਂ ਇਹ ਬੇਨਤੀ ਹੈ, ਉਹਨਾਂ ਭੁੱਲਾਂ ਦੀ ਖਿਮਾ ਕਰ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਂ
ਇਹਨਾਂ ਨੇ ਕੀਰਤਨ ਜਥੇ ਤੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਤਿੰਦਰਪਾਲ ਸਿੰਘ, ਉਹਨਾਂ ਜਥਾ 40 ਮਿੰਟ ਵਾਸਤੇ ਆਪਾਂ ਨੂੰ ਕੀਰਤਨ ਸਰਵਣ ਕਰਾਊਗਾ। ਰਹਿ ਕੇ ਖਿਆਲ ਦੇ ਨਾਲ ਆਪਾਂ ਭਾਈ ਕੀਰਤਨ ਸਰਵਣ ਕਰਨਾ ਹੈ। ਜਥੇ ਤੋਂ ਹੋਈਆਂ ਪਲਾਚਕਾਂ ਦੀ ਖਿਮਤ ਕਰਨੀ ਜੀ, ਰੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।